ਇਸ ਟਾਈਮ ਤਾਂ ਇਹ ਕੰਡੀਸ਼ਨ ਆ ਮੋਟਰਸਾਈਕਲ ਦੀ ਮੇਰੇ ਵਾਲੇ ਤੋਂ ਵੀ ਰੂਟਸ ਵਗੈਰਾ ਲਿੱਥੇ ਹੋ ਆ ਕੋਈ ਸਟਿੱਕਰ ਨਹੀਂ ਲੱਗਾ ਕੋਈ ਲੈਡ ਲੂਡ ਕੁਛ ਨਹੀਂ ਤੇ ਇਹਤੇ ਵੀ ਇਹ ਟਾਇਰ ਟੂਲ ਲਾਇਆ ਆ ਮੋਰੇ ਮੋਟਾ ਤੇ ਐਡੀ ਇਸ ਟਾਈਮ ਜਿੱਦਾਂ ਵੀਡੀਓ ਵਾਲੀ ਲੁੱਕ ਨਹੀਂ ਗੀ ਥੋੜ੍ਹੀ ਡਿਫਰੈਂਟ ਜਿਹੀ ਆ ਬਾਕੀ ਤੁਹਾਨੂੰ ਦੱਸ ਦਿੰਦੇ ਜੋ ਜੋ ਕਰਾਇਆ ਅਤੇ ਕੀ ਕੋਸਟਿੰਗ ਆਈ ਆ ਪਹਿਲੀ ਗੱਲ ਹੈਗੀ ਇਹ ਹੈਗਾ ਆਪਣਾ 12 ਮਾਡਲ ਅਤੇ ਆਹ ਵਾਲਾ ਹੈਗਾ ਆਪਣਾ 13 ਮਾਡਲ ਠੀਕ ਆ ਅਤੇ ਸ਼ੁਰੂ ਆਪਾਂ ਇਹਤੋਂ ਕਰਦੇ ਹਾਂ ਜੋ ਜੋ ਆਪਾਂ ਕਰਾਇਆ ਅਤੇ ਆਹ ਹੈਗਾ ਨਵ ਦਾ ਮੋਟਰਸਾਈਕਲ ਆ ਇਹ ਅਤੇ ਨਵ ਤੁਹਾਨੂੰ ਦੱਸੂਗਾ ਕੀ ਕੀ ਆ ਟਾਇਰ ਕਿੰਨੇ ਦੇ ਆਏ ਆ ਨਵ ਟਾਇਰ 1900 ਦਾ MRF ਦਾ ਟਾਇਰ ਆ ਇਹ ਓਰੀਜਨਲ ਅਤੇ 190/18 ਸਾਈਜ਼ ਆ ਇਹਦਾ ਇਹ ਹੈਗਾ 1900 ਦਾ ਅਤੇ ਮੋਲੇ ਜਿਹੜਾ ਪਾਇਆ ਉਹ ਉਹਦਾ ਉਹਦਾ ਪ੍ਰਾਈਸ ਦੱਸਦੇ ਹੁਣ ਇਸ ਟਾਈਮ ਤਾਂ ਹੈ ਨਹੀਂ ਉਹਦਾ ਵੀ 1900 ਦਾ ਹੀ ਆ ਉਹ ਵੀ 1900 ਦਾ ਆ ਅਤੇ ਮਤਲਬ MRF ਦੇ ਤੁਹਾਨੂੰ ਨਾ 1900 ਤੱਕ ਟਾਇਰ ਮਿਲ ਜਾਣੇ ਆ 190/18 ਅਤੇ ਅਲੋਏ ਆਪਣੇ ਕਿੰਨੇ ਦੇ ਸੀਗੇ 6500 ਦੇ ਅਲੋਏ ਸੀ ਅਤੇ ਇਹ ਵੀ ਦੇਖ ਲਓ ਤੁਸੀਂ ਬਾਕੀ ਨਾ ਜਿਹਨੇ ਜੇ ਤੁਸੀਂ ਸਿਲਵਰ ਰੱਖਣੇ ਸਿਲਵਰ ਰੱਖਿਓ ਅਤੇ ਲੈ ਹੋਈ ਸਿਲਵਰ ਪਹਿਲਾਂ ਠੀਕ ਆ ਇਹ ਆਪਣੇ ਬਲੈਕ 'ਚ ਸੀਗੇ ਅਤੇ ਇਹ ਹੁਣ ਬਲੈਕ ਆ ਠੀਕ ਆ ਸਪਰੇਅ ਵਾਲਾ ਕੰਮ ਨਾ ਕਰਿਓ ਮੈਂ ਆਪਣੇ ਵਾਲੇ 'ਤੇ ਕੀਤਾ ਆ ਅਤੇ ਉਹ ਤਾਂ ਕਰਕੇ ਤੁਹਾਨੂੰ ਮੈਂ ਕਹਿੰਦਾ ਪਿਆ ਹੋਰ ਨਹੀਂ ਕੋਈ ਚੱਕਰ ਅਤੇ ਬਾਕੀ ਆ 90 ਨੇ ਆਪਣੀ ID ਲਿਖਾਈ ਆ ਆਪਣੇ ਨੀਚੇ 13 ਕਰ ਲਿਓ ਫੋਲੋ ਅਤੇ ਆਹ ਜਿੱਦਾਂ ਨਾ ਸਾਰੇ ਮੋਟਰਸਾਈਕਲ ਦੇ ਆਹ ਟੇਪ ਹੋਈਓ ਆ ਆਪਣੇ ਗਲੋਸ ਵਾਲੀ ਬਲੈਕ ਟੇਪ ਹੋਈਓ ਆ ਸਾਰੇ ਮੋਟਰਸਾਈਕਲ 'ਤੇ ਵੀਡੀਓ 'ਚ ਨਹੀਂ ਪਤਾ ਲੱਗਦੀ ਚਮਕਦਾ ਹੈ ਨਾ ਨਵੇਂ ਵਾਂਗੂ ਅਤੇ ਬਾਕੀ ਆ ਨਿਕਲ ਦਾ ਸਲਾਂਸਰ ਹੋ ਗਿਆ ਅਤੇ ਰੂਟਸ ਕਿੰਨੇ ਦੇ ਆ ਰੂਟਸ ਦੀ ਜੋੜੀ ਹੈਗੀ 1800 ਦੀ ਅਤੇ ਪੱਤੀਆਂ ਪੁੱਤੀਆਂ ਪਾ ਕੇ 2000 ਹੀ ਹੋ ਗਿਆ ਸਾਰੀ ਲਵਾਈ ਲਵਾਈ ਇੱਧਰ ਰੀਲੇ ਵਗੈਰਾ ਹੋ ਗਈ ਰੀਲੇ ਲੱਗ ਜਾਣੀ ਆ ਅਤੇ ਆਇਆ ਮੋਲ ਹੀ ਇਹਦੀ ਲਾਈਟ ਆ ਜਿਹੜੀ ਉਹ ਸਿੰਪਲ ਆ ਅਤੇ ਉਹਤੇ ਸਮੋਕ ਕਰਾਈਓ ਆ ਬਾਕੀ ਥੱਲੇ ਕਸਟਮ ਜੀ ਨੰਬਰ ਪਲੇਟ ਬਣਾਈਓ ਆ ਇਹ ਪਹਿਲਾਂ ਲਾਈਟਾਂ ਵਾਲੀ ਹੁੰਦੀ ਸੀਗੀ ਅਤੇ ਹੁਣ ਲਾਈਟਾਂ ਲੂਟਾਂ ਵਾਲੀ ਕੱਢ ਕੇ ਫਿਰ ਤਾਰਾਂ ਤੂਰਾਂ ਲਾਤੀਆਂ ਆ ਕਿਉਂਕਿ ਵਿੱਚ ਫਿਰ ਪਾਣੀ ਪੂਣੀ ਪੈ ਕੇ ਪਤਾ ਹੀ ਹੋ ਗਈ ਸੀ ਹੁਣ ਸਿੰਪਲ ਹੀ ਆ ਉੱਦਾਂ ਇਹ ਪਹਿਲਾਂ ਜਗਦੀ ਸੀ ਬਾਕੀ ਆ ਮੋਲਾ ਟਾਇਰ ਤੁਹਾਨੂੰ ਫੋਟੋ ਮੈਂ ਨਾਲ ਇੱਥੇ ਫੋਟੋ ਤੁਹਾਨੂੰ ਦੇ ਦਿੱਤੀ ਹੋਣੀ ਜਿੱਦਾਂ ਦੀ ਲੁੱਕ ਇਹਦੀ ਹੈਗੀ ਆ ਅਸਲੀ 'ਚ ਉਹ ਹੁਣ ਫਿਰ ਸਕੂਲ ਨੂੰ ਜਾਣਾ ਸੀਗਾ ਮੀਂਹ ਵਾਲੇ ਦਿਨ ਸੀਗਾ ਅਤੇ ਤਾਂ ਕਰਕੇ ਫਿਰ ਆਹ ਸਟਿੱਕਰ ਕਿੰਨੇ ਦਾ ਮੀਟਰ ਵਾਲਾ ਪਤਾ ਨਹੀਂ ਇਹ ਸੌਕ ਦਾ ਹੋਣਾ ਆਹੋ ਸੌਕ ਦਾ ਹੋਣਾ ਵੱਧ ਤੋਂ ਵੱਧ ਅਤੇ ਆਹ ਸਮੋਕ ਹੋਈਓ ਆ ਅਤੇ ਆਹ ਇਹ ਵੀ ਆਪਣੇ ਸਟਿੱਕਰ ਹੋਇਆ ਬਾਕੀ ਲੁੱਕ ਆ ਆ ਮੋਟਰਸਾਈਕਲ ਦੀ ਮਤਲਬ ਨਵੀਂ ਵਾਲੀ ਦਿੱਤੀ ਆ ਇਹਨੂੰ ਲੁੱਕ ਅਤੇ ਹੁਣ ਇਹਦੇ ਵੀ ਤੁਹਾਨੂੰ ਅਗਲੀ ਵੀਡੀਓ 'ਚ ਐਨ ਤਿਆਰ ਕਰਕੇ ਖੜਾ ਕਰਾਂਗੇ ਕੋਈ ਨਹੀਂ ਹੁਣ ਮੈਂ ਕਿਹਾ ਤੁਹਾਨੂੰ ਦੱਸ ਦਈਏ ਇਹਦੇ ਬਹੁਤ ਮੈਸੇਜ ਆਉਣ ਦੇ ਸੀਗੇ ਅਤੇ ਇਸ ਟਾਈਮ ਇਹ ਆ ਮੋਟਰਸਾਈਕਲ ਦੀ ਹਾਲਤ ਹੁਣ ਆਉਂਦੇ ਆ ਮੇਰੇ ਵਾਲੇ ਅਤੇ ਇਹਦੀ ਆਪਣੇ ਟਾਇਰ ਹੈ ਨਾ ਇਹ MRF ਦੇ ਨੀਗੇ TVS ਦੇ ਆ ਅਤੇ ਜਦੋਂ ਮੈਂ ਪਵਾਏ ਸੀਗੇ ਉਦੋਂ ਕਹਿੰਦੇ MRF ਦੇ ਹੈ ਨਹੀਂ ਤਾਂ ਕਰਕੇ ਆ ਥੋੜ੍ਹਾ ਇਹਨਾਂ ਦਾ ਫਰਕ ਆ ਜਿੱਦਾਂ ਦੇਖੋ ਇਹਦੀ ਆਹ ਗੁੱਟੀਆਂ ਆ ਅਤੇ ਆਹ ਥੋੜ੍ਹੀਆਂ ਜ਼ਿਆਦਾ ਡੱਬੇ ਜਾ ਠੀਕ ਆ ਉੱਦਾਂ ਤੁਸੀਂ ਆ ਨਾ ਆਹ ਵਾਲੇ ਪਵਾਇਓ ਇਹ ਜ਼ਿਆਦਾ ਵਧੀਆ ਹੁੰਦੇ ਆ ਅਤੇ ਬਾਕੀ ਇਹ ਕਾਹ ਸੀ ਇਹ ਮੈਨੂੰ ਨਾ 1700 'ਚ ਪਿਆ ਸੀ ਬਾਕੀ ਤੁਹਾਡੇ ਏਰੀਏ ਦਾ ਪਤਾ ਨਹੀਂ ਅਤੇ ਮੋਲਾ ਟਾਇਰ ਵੀ ਇੰਨੇ ਕਰਾਈ ਆ ਦੋਨੋਂ ਜਿੰਨੇ ਵੀ ਟਾਇਰ ਆ ਨਾ ਇਹ ਦੋਨੋਂ ਹੀ ਉਹਦੇ ਵੀ ਅਤੇ ਇਹਦੇ ਵੀ 190/18 ਸਾਈਜ਼ ਹੀ ਆ ਅਤੇ ਇਹ ਟਾਇਰਾਂ ਦਾ ਹੋ ਗਿਆ ਪਲੇਨ SVL ਆ ਇਹਦੇ ਇਹ ਬਹੁਤ ਪੁਰਾਣੇ ਆ ਅਤੇ ਹੁਣ ਤਾਂ ਉੱਦਾਂ ਨਾ SVL 6500 ਦੇ ਮਿਲ ਜਾਣੇ ਆ ਵਿੱਚ ਦੇ ਕੇ ਥੋੜ੍ਹੇ ਹੋਰ ਸਸਤੇ ਹੋ ਜਾਂਦੇ ਆ ਅਤੇ ਹੁਣ ਫਲੈਸ਼ਰ ਵਗੈਰਾ ਲਾਇਓ ਆ ਨੰਬਰ ਪਲੇਟ ਲਾਈਓ ਆ ਅਤੇ ਇਹ ਕਿਹਦੇ ਪਾ ਮੈਸੇਜ ਆਉਂਦੇ ਸੀਗਾ ਜਿਹੜੀ ਲਾਈਟ ਲਾਈਓ ਆ ਇਹ ਹੁਣ ਜਗਾ ਨਹੀਂ ਸਕਦੇ ਬੈਟਰੀ ਹੈ ਨਹੀਂ ਗੀ ਖੜਾ ਹੀ ਸੀਗਾ ਮੋਟਰਸਾਈਕਲ ਕਿੰਨੇ ਟਾਈਮ ਦਾ ਅਤੇ ਇਹ ਤੁਸੀਂ ਨਾ ਇਹਦੀ ਲੁੱਕ ਮੈਂ ਤੁਹਾਨੂੰ ਸਾਈਡ 'ਤੇ ਇੱਥੇ ਫੋਟੋ ਦੇ ਦਿੱਤੀ ਹੋਣੀ ਉਹ 'ਚ ਦੇਖ ਲਿਓ ਕੀ ਲੁੱਕ ਆ ਇਹਦੀ ਅਤੇ ਇਹ 550 ਦੀ ਸੀਗੀ ਜੋ ਫਲੈਸ਼ ਲਵਾਈ ਸੀਗੀ ਮੈਂ ਹੁਣ ਸ਼ਾਇਦ 600 ਦੀ ਹੋਊਗੀ ਜਾਂ 500 ਪਤਾ ਨਹੀਂ ਉਹ ਦੇਖ ਲਿਓ ਇਹ ਵੀ ਬਹੁਤ ਘੈਂਟ ਚੀਜ਼ ਆ ਉੱਦਾਂ ਪਰ ਇੱਕ ਗੱਲ ਆ ਇਹਦੀ ਹੈ ਨਾ ਲਾਈਟ ਹੈ ਨਹੀਂ ਗੀ ਮਾੜੀ ਵੀ ਅਤੇ ਜੇ ਲਵਾਉਣੀ ਆ ਫਿਰ ਨਾਲ ਫਲੈਸ਼ਰ ਵਗੈਰਾ ਇੱਥੇ ਲਾ ਲਿਓ ਆ ਜਿੱਦਾਂ ਮੈਂ ਪਹਿਲਾਂ ਲਾਇਆ ਹੁੰਦਾ ਜੀ ਇੱਥੇ ਉਹਨਾਂ ਫਿਰ ਰਾਤ ਨੂੰ ਸੌਖਾ ਵੀ ਰਹਿੰਦਾ ਅਤੇ ਲੁੱਕ ਦੀ ਲੁੱਕ ਬਣ ਜਾਂਦੀ ਆ ਅਤੇ ਰੂਟਸ ਇਸ ਟਾਈਮ ਹੈ ਨਹੀਂ ਗੇ ਲਾ ਤੇ ਉਹ ਸੀ ਬਾਕੀ ਸਟਿੱਕਰ ਵੀ ਆ ਕਈਆਂ ਨੂੰ ਲੱਗਦਾ ਟੇਪ ਆ ਟੇਪ ਨਹੀਂ ਗੀ ਸਟਿੱਕਰ ਲਾਇਓ ਆ ਅਤੇ ਇੱਕ ਆਹ ਮੀਟਰਾਂ 'ਤੇ ਸਮੋਕ ਕਰਾਈਓ ਆ ਬਸ ਬਾਕੀ ਆਹ ਲੁੱਕ ਆ ਮੋਟਰਸਾਈਕਲ ਦੀ